ਆ ਦੇਖੋ, ਅੱਗੇ ਵਧਣ ਦੇ ਲਈ ਫਿਲਹਾਲ ਰੋਕਿਆ ਹੋਇਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਕਿ ਕੋਈ ਵੀ ਅੱਗੇ ਨਹੀਂ ਵਧੇਗਾ। ਅਸੀਂ ਗੱਲਬਾਤ ਕਰ ਰਹੇ ਹਾਂ, ਉਸ ਤੋਂ ਬਾਅਦ ਤੁਹਾਨੂੰ ਕੋਲ ਦੇਵਾਂਗੇ ਕਿ ਅੱਗੇ ਵਧਣਾ ਹੈ ਜਾਂ ਨਹੀਂ ਵਧਣਾ। ਲੇਕਿਨ ਕਈ ਵਾਰ ਕੁਝ ਨੌਜਵਾਨ ਜਿਹੜੇ ਨੇ ਉਹ ਭਾਵੁਕ ਹੋ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਔਰ ਉਸ ਤੋਂ ਬਾਅਦ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਜਾਂਦੇ ਨੇ। ਕਈ ਵਾਰ ਡਰੋਨ ਦੇ ਜ਼ਰੀਏ ਜਿਹੜੇ ਨੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਨੇ। ਪਿਛਲੇ ਅਗਰ ਇੱਕ ਘੰਟੇ ਦੀ ਗੱਲਬਾਤ ਕੀਤੀ ਜਾਵੇ ਤਾਂ 4 ਵਾਰ ਹਰਿਆਣਾ ਪੁਲਿਸ ਦੇ ਵਜੋਂ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਗਏ ਨੇ। ਦੂਸਰਾ, ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਇਸ ਵੇਲੇ ਪੰਜਾਬ ਪੁਲਿਸ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਚੱਲਦੀ ਹੈ ਇੱਥੋਂ ਦੀ 300 ਮੀਟਰ ਦੀ ਦੂਰੀ ਦੇ ਉੱਤੇ। ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਠੀਕ ਹੈ, ਕੇਂਦਰ ਸਰਕਾਰ ਦਾ ਨਿਯੋਤਾ ਆਇਆ ਗੱਲਬਾਤ ਕਰਨ ਦੇ ਲਈ, ਅਸੀਂ ਟਵਿੱਟਰ 'ਤੇ ਦੇਖ ਲਿੱਤਾ, ਲੇਕਿਨ ਕਿਸਾਨ ਇਹ ਚਾਹੁੰਦੇ ਨੇ ਕਿ ਇੱਕ ਪ੍ਰੋਪਰ ਨਿਯੋਤਾ ਆਵੇ ਜਿਸ ਦੇ ਵਿੱਚ ਇਹ ਲਿਖਿਆ ਹੋਵੇ ਕਿ MSP ਦੇ ਕਾਨੂੰਨ ਦੇ ਹੱਲ ਦੇ ਲਈ ਅਸੀਂ ਮੀਟਿੰਗ ਕੋਲ ਕਰ ਰਹੇ ਹਾਂ। ਦੂਸਰਾ ਕਿ MSP ਦੇ ਕਾਨੂੰਨ ਦੇ ਹੱਲ ਦੇ ਲਈ ਅਸੀਂ ਮੀਟਿੰਗ ਕਰ ਰਹੇ ਹਾਂ। ਦੂਸਰਾ ਇਹ ਹੈ ਕਿ ਬਾਕੀ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਚਰਚਾ ਕਰਕੇ ਫੈਸਲਾ ਲਵਾਂਗੇ। ਇਹ 2 ਲਾਈਨਾਂ ਲਿਖ ਕੇ ਨਿਯੋਤਾ ਜਿਹੜਾ ਆਵੇ ਔਰ ਇਸ ਉਸ ਤੋਂ ਬਾਅਦ ਹੀ ਅਸੀਂ ਮੀਟਿੰਗ ਦੇ ਲਈ ਜਾਵਾਂਗੇ। ਔਰ ਅਜੇ ਤੱਕ ਕੇਂਦਰ ਸਰਕਾਰ ਦੇ ਨਿਯੋਤੇ ਦਾ ਇੰਤਜ਼ਾਰ ਕੀਤਾ ਜਾ ਰਿਹਾ, ਨਿਮੰਤਰਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਤੱਕ ਸੱਦਾ ਪੱਤਰ ਜਿਹੜਾ ਵਾ ਉਹ ਕੇਂਦਰ ਸਰਕਾਰ ਦਾ ਆਉਂਦਾ ਵਾ। ਫਿਲਹਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ। ਅੱਜ ਦੇਰ ਸ਼ਾਮ ਬੈਠਕ ਹੋ ਸਕਦੀ ਹੈ ਜਾਂ ਕੱਲ੍ਹ ਨੂੰ ਬੈਠਕ ਹੋ ਸਕਦੀ ਹੈ, ਔਰ ਜਦੋਂ ਤੱਕ ਬੈਠਕ ਨਹੀਂ ਹੁੰਦੀ ਉਦੋਂ ਤੱਕ ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਰਹੇ ਨੇ ਕਿ ਫਿਲਹਾਲ ਅੱਗੇ ਕੋਈ ਨਹੀਂ ਵਧੇਗਾ, ਕਿਸੇ ਵੀ ਤਰੀਕੇ ਨਾਲ ਅੱਗੇ ਵਧਣ ਦੀ ਜਿਹੜੀ ਹੈ ਤੁਹਾਨੂੰ ਮਨਾ ਕੀਤਾ ਵਾ। ਉਹ ਕਹਿ ਰਹੇ ਨੇ ਕਿ ਜੋਸ਼ ਤੇ ਹੋਸ਼ ਚਾਹੀਦਾ ਵਾ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਜਿਹੜੇ ਨੌਜਵਾਨ ਮੁੰਡੇ ਆਏ ਨੇ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਹੋਵੇ ਜਾਂ ਕਿਸੇ ਨੂੰ ਵੀ ਕੋਈ ਇੰਜਰੀ ਹੋਵੇ, ਕੋਈ ਵੀ ਜਿਹੜਾ ਉਹ ਫੱਟੜ ਹੋਵੇ। ਤਸਵੀਰਾਂ ਦੇ ਜ਼ਰੀਏ ਮੈਂ ਦਿਖਾਉਣਾ ਚਾਹੂੰਗਾ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਜਿਹੜਾ ਵਾ ਸ਼ੰਭੂ ਬਾਰਡਰ ਦੇ ਉੱਤੇ ਲੋਕ ਜਿਹੜੇ ਨੇ ਉਹ ਖੜ੍ਹੇ ਨੇ, ਡਟੇ ਹੋਏ ਨੇ। ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ, ਇੱਕ ਹਾਈ ਐਂਗਲ ਤੋਂ ਵੀ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਦੀਆਂ ਤਸਵੀਰਾਂ ਨੇ, ਕਿਉਂਕਿ ਥੋੜ੍ਹੀ ਦੇਰ ਪਹਿਲਾਂ ਹੀ ਡਰੋਨ ਜਿਹੜਾ ਵੈ ਉਹ ਇੱਥੇ ਆਇਆ ਸੀਗਾ। ਡਰੋਨ ਜਦੋਂ ਆਉਂਦਾ ਤਾਂ ਡਰੋਨ ਦੇ ਜ਼ਰੀਏ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਔਰ ਨਜ਼ਰ ਵੀ ਜਿਹੜੀ ਹੈ ਉਹ ਹਰਿਆਣਾ ਪੁਲਿਸ ਦੇ ਵੱਲੋਂ ਰੱਖੀ ਜਾਂਦੀ ਔਰ ਫਿਲਹਾਲ ਹਾਈ ਐਂਗਲ ਤੋਂ ਮੇਰੇ ਸਾਥੀ ਜਿਹੜੇ ਨੇ ਉਹ ਤਸਵੀਰਾਂ ਦਿਖਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਦੀ ਤਸਵੀਰ ਹੈ, ਕਿਉਂਕਿ ਇੰਤਜ਼ਾਰ ਇਸ ਵੇਲੇ ਕਿਸਾਨ ਆਗੂਆਂ ਦੀ ਕੋਲ ਦਾ ਕੀਤਾ ਜਾ ਰਿਹਾ ਕਿ ਉਹਨਾਂ ਦਾ ਕੀ ਫੈਸਲਾ ਲਿੱਤਾ ਜਾਂਦਾ। ਦੂਜੇ ਪਾਸੇ ਸਟੇਜ ਦੇ ਉੱਤੇ ਲਗਾਤਾਰ ਜਿਹੜੇ ਲੋਕ ਨੇ ਉਹ ਗੱਲਬਾਤ ਕਰ ਰਹੇ ਨੇ, ਉਹ ਇਸ ਵੇਲੇ ਕਹਿ ਰਹੇ ਨੇ ਕਿ ਕਿਸਾਨ ਆਗੂਆਂ ਦੀ ਕੋਲ ਦਾ ਇੰਤਜ਼ਾਰ ਕਰੋ, ਅਸੀਂ ਆਪਣੇ ਮੁੱਦੇ ਮਨਵਾਉਣੇ ਨੇ ਔਰ ਗੱਲਬਾਤ ਦੇ ਜ਼ਰੀਏ ਹੀ ਮਸਲੇ ਦੇ ਹੱਲ ਜਿਹੜੇ ਨੇ ਉਹ ਨਿਕਲਦੇ ਨੇ। ਇਸੇ ਵਜ੍ਹਾ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ। ਔਰ ਜਿਹੜੇ ਕੁਛ ਲੋਕ ਅੱਗੇ ਗਏ ਸੀਗੇ ਉਹਨਾਂ ਦੇ ਜਿਹੜੇ ਹੰਝੂ ਗੈਸ ਦੇ ਗੋਲੇ ਲੱਗੇ ਨੇ ਉਹਨਾਂ ਨੂੰ ਫਸਟ ਏਡ ਵੀ ਜਿਹੜੀ ਹੈ ਉਹ ਇਸ ਵੇਲੇ ਦਿੱਤੀ ਜਾ ਰਹੀ ਹੈ, ਕਿਉਂਕਿ ਕਈ ਸਾਰੇ ਲੋਕ ਜਿਹੜੇ ਨੇ ਉਹ ਅੱਗੇ ਵਧੇ ਜਦੋਂ ਹੰਝੂ ਗੈਸ ਦੇ ਗੋਲੇ ਚੱਲ ਰਹੇ ਸੀਗੇ ਤਾਂ ਉਹਨਾਂ ਦੀਆਂ ਅੱਖਾਂ ਦੇ ਉੱਤੇ ਉਹਨਾਂ ਦੇ ਮੂੰਹ ਦੇ ਉੱਤੇ ਸਿੱਧਾ ਇਸ ਦਾ ਅਸਰ ਜਿਹੜਾ ਵਾ ਉਹ ਦੇਖਣ ਨੂੰ ਮਿਲਦਾ ਵਾ। ਤਾਂ ਉਹ ਫਸਟ ਏਡ ਵੀ ਜਿਹੜੀ ਹੈ ਉਹ ਇਸ ਵੇਲੇ ਗੌਰਵ ਦਿੱਤੀ ਜਾ ਰਹੀ ਹੈ। ਔਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਬੈਠਕ ਕਿਸਾਨ ਆਗੂਆਂ ਦੀ ਚੱਲ ਰਹੀ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਵਾ ਕਿ ਕੇਂਦਰ ਸਰਕਾਰ ਦਾ ਇੱਕ ਇਨਵਾਈਟ ਆਵੇ, ਜੋ ਪ੍ਰੋਪਰ ਇੱਕ ਸੁਨੇਹਾ ਇੱਕ ਚਿੱਠੀ ਜਿਹੜੀ ਆਉਂਦੀ ਹੈ ਔਰ ਉਸ ਦੇ ਵਿੱਚ 2 ਗੱਲਾਂ ਲਿਖੀਆਂ ਹੋਣ ਕਿ ਕਿੰਨੇ ਵਜੇ ਮੀਟਿੰਗ ਹੋਏਗੀ, ਮੀਟਿੰਗ ਦੇ ਵਿੱਚ ਕੌਣ ਕੌਣ ਹੋਏਗਾ ਔਰ ਜਿਹੜੀ ਮੀਟਿੰਗ ਹੈ ਮੀਟਿੰਗ ਦਾ ਜਿਹੜਾ ਮੁੱਦਾ ਵਾ ਜਿਹੜਾ ਸਬਜੈਕਟ ਹੈ ਉਹ ਇਹ ਲਿਖਿਆ ਹੋਵੇ ਕਿ MSP ਦੇ ਕਾਨੂੰਨ ਦੇ ਹੱਲ ਦੇ ਲਈ ਅਸੀਂ ਤੁਹਾਨੂੰ ਬੁਲਾ ਰਹੇ ਹਾਂ ਔਰ ਜਿਹੜੀਆਂ ਤੁਹਾਡੀਆਂ ਬਾਕੀ 11 ਮੰਗਾਂ ਨੇ ਉਹਨਾਂ ਮੁੱਦਿਆਂ ਦਾ ਵੀ ਹੱਲ ਅਤੇ ਚਰਚਾ ਜਿਹੜੀ ਉਹ ਕੀਤੀ ਜਾਏਗੀ। ਇਹ 2 ਲਾਈਨਾਂ
ਸਬਜੈਕਟ ਦੇ ਵਿੱਚ ਲਿਖੀਆਂ ਜਾਣ, ਇਹ ਸੁਨੇਹਾ ਜਿਹੜਾ ਵੈ ਕੇਂਦਰ ਸਰਕਾਰ ਨੂੰ ਭੇਜਿਆ। ਔਰ ਇਸ ਵੇਲੇ ਕੇਂਦਰ ਸਰਕਾਰ ਦੀ ਚਿੱਠੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਕੇਂਦਰ ਸਰਕਾਰ ਬੁਲਾਉਂਦੀ ਹੈ, ਕਿਉਂਕਿ ਪਿਛਲੇ 2 ਘੰਟੇ ਤੋਂ ਇਸ ਵੇਲੇ ਲਗਾਤਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਇਹ ਚੱਲ ਰਹੀ ਹੈ। ਮੀਟਿੰਗ ਕਿਹੜੀ ਜਗ੍ਹਾ ਤੇ ਚੱਲ ਰਹੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ, ਪਿੱਛੇ ਉਹ ਤਸਵੀਰ ਵੀ ਦਿਖਾਣ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੋਂ ਬਿਲਕੁਲ ਨੇੜੇ ਹੀ ਸ਼ੰਭੂ ਪੁਲਿਸ ਚੌਂਕੀ ਹੈ, ਉਸ ਜਗ੍ਹਾ ਦੇ ਉੱਤੇ ਇੱਥੋਂ ਦੀ 200 ਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਚੌਂਕੀ ਹੈ, ਉੱਥੇ ਇਸ ਵੇਲੇ ਮੀਟਿੰਗ ਜਿਹੜੀ ਹੈ ਉਹ ਚੱਲ ਰਹੀ ਹੈ, ਜਿਸ ਦੇ ਵਿੱਚ ਜਿਹੜੇ ਜਸਕਰਨ ਤੋਂ ਇਲਾਵਾ ਭਾਰਗਵ ਤੋਂ ਇਲਾਵਾ 2 DSP ਨੇ, ਇਹ ਸਾਰੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ IG DIG ADGP ਲੈਵਲ ਦੇ ਜਿਹੜੇ ਨੇ, ਉਹਨਾਂ ਦੇ ਨਾਲ ਬੈਠਕ ਜਿਹੜੀ ਹੈ ਉਹ ਕਿਸਾਨ ਆਗੂਆਂ ਦੀ ਚੱਲ ਰਹੀ ਹੈ। ਔਰ ਕਿਸਾਨ ਆਗੂਆਂ ਦੀ ਜਦੋਂ ਬੈਠਕ ਖਤਮ ਹੋਏਗੀ ਤਾਂ ਉਸ ਤੋਂ ਬਾਅਦ ਸੁਨੇਹਾ ਜਿਹੜਾ ਵੈ ਉਹ ਕਿਸਾਨ ਆਗੂ ਦੇਣਗੇ ਕਿ ਅੱਗੇ ਕੀ ਕਰਨਾ ਹੈ, ਸੁਨੇਹਾ ਆ ਗਿਆ ਹੈ ਜਾਂ ਨਹੀਂ ਆਇਆ। ਔਰ ਦੂਸਰਾ ਇਹ ਵੀ ਹੈ ਕਿ ਕੇਂਦਰ ਦੀ ਚਿੱਠੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਵੈ ਕਿ ਕੇਂਦਰ ਦੀ ਚਿੱਠੀ ਕਦੋਂ ਤੱਕ ਆਉਂਦੀ ਹੈ। ਚਿੱਠੀ ਦੀ ਜਿਹੜੀ ਜਾਣਕਾਰੀ ਸਾਨੂੰ ਸਾਡੇ ਸੂਤਰ ਦੱਸ ਰਹੇ ਨੇ ਕਿ ਅੱਜ ਸ਼ਾਮ ਜਾਂ ਕੱਲ੍ਹ ਮੀਟਿੰਗ ਦਾ ਸੁਨੇਹਾ ਜਿਹੜਾ ਵੈ ਕੇਂਦਰ ਸਰਕਾਰ ਦੇ ਵੱਲੋਂ ਆ ਸਕਦਾ ਹੈ, ਕਿ ਅੱਜ ਸ਼ਾਮ ਨੂੰ ਮੀਟਿੰਗ ਹੋਏਗੀ ਜਾਂ ਕੱਲ੍ਹ ਨੂੰ ਮੀਟਿੰਗ ਜਿਹੜੀ ਹੈ ਕੇਂਦਰ ਦੇ ਵੱਲੋਂ ਰੱਖੀ ਜਾ ਸਕਦੀ ਹੈ।